ਪਹਿਲਾਂ ਤਾਂ ਬਾਈ ਜੇ ਗੱਲ ਕਰੀਏ ਕਾਰਨ ਕੀ ਰਹਿੰਦਾ ਬਾਈ ਆਪਣੇ ਜਿਹੜਾ ਰਾਜਸਥਾਨ ਦੇ ਵਿੱਚ ਫਾਰਮ ਟਰੈਕ ਤੇ ਮੈਸੀ ਟਰੈਕਟਰ ਜ਼ਿਆਦਾ ਚੱਲਦਾ ਬਾਈ? ਬਾਈ ਯਾਰ ਫਾਰਮ ਟਰੈਕ ਤੇ ਮੈਸੀ ਤਾਂ ਰਾਜਸਥਾਨ ਦਾ ਰਾਜਾ ਹੀ ਹੈ ਜੀ। ਇਹਨੂੰ ਟਰੈਕਟਰ ਨੂੰ ਫੜਨਾ ਕੋਈ ਟਰੈਕਟਰ ਬਣਿਆ ਨਹੀਂ ਅੱਜ ਤੱਕ। ਠੀਕ ਹੈ, ਕੁਆਲਿਟੀ ਵੱਲੋਂ, ਕੰਮ ਕੰਨੀਓ, ਡੀਐਲ ਪੱਖੋਂ ਹਰੇਕ ਪਾਸੋਂ ਬੈਸਟ ਹੈ। ਲਿਫਟ ਕੰਨੀਓ ਸਭ ਤੋਂ ਜ਼ਿਆਦਾ ਬੈਸਟ ਹੈ ਜੀ। 2020 ਮਾਡਲ ਹੈ ਬਾਈ, 2020 ਮਾਡਲ ਤੇ 3 ਸਪੀਡ ਹੈ। 3 ਸਪੀਡ ਹੈ, ਪੂਰੇ ਹੱਲ ਲਾਉਣੇ ਆ ਤਾਂ। ਜੇ ਹੁੱਲੜਬਾਜੀ ਕਰਨੀ ਹੈ ਤਾਂ ਭਜਾਈ ਫਿਰ ਜੇ ਮਰਜ਼ੀ ਪਹਿਲੇ ਗੇਅਰ ਚ ਐਕਸਰਸਾਈਜ਼ ਕਰਦਾ ਸਹੀ ਜਮਾ। ਤੋਤੇ ਕਿੰਨੇ ਪਾਉਣੇ ਬਾਈ ਇਹਦੇ ਮਗਰ? ਤੋਤੇ ਬਾਈ 7 ਹੈ ਮਗਰ। ਹਾਂ, ਤੋਤੇ ਆਪਣੇ ਫੋਨ ਮੈਂ ਵਿਖਾ ਦਿੰਦਾ, ਦੂਜੇ ਤੋਤੇ ਵੇਖ ਲਿਓ ਤੇ ਆਪਣੇ ਤੋਤੇ ਲੋਕਾਂ ਨੇ 4 ਇੰਚ ਉੱਚੇ ਬਣਾਏ ਹੋਏ ਮੈਂ ਸਪੈਸ਼ਲ ਵੀ ਡਲੇ ਰਹਿਣ। ਹਾਂ, ਫਰੇਮ ਹੀ ਲਾਈ ਜਾਈਦਾ ਫਿਰ ਨਾਲ ਥੱਲੇ ਉਹਦੇ ਕੋਲ ਆਪਦੇ ਬਾਈ, ਕਿਤੋਂ ਆਪਾਂ ਮੰਗ ਕੇ ਨਹੀਂ। ਸਾਡੇ ਪਿੰਡ ਦਾ ਰਿਵਾਜ਼ ਹੈ ਵੀ ਮਿਹਣਾ ਨਹੀਂ ਸਹਿੰਦੇ ਕਿਸੇ ਦਾ। ਅੱਛਾ, ਫਾਰਮ ਟਰੈਕ ਬਾਈ ਆਪਣੇ ਕੋਲ ਇੰਨੀ ਗੁੰਜਾਇਸ਼ ਹੀ ਨਹੀਂ। ਪਹਿਲੀ ਗੱਲ ਤਾਂ ਮੁਰੱਬਾ ਬਾਈ ਹੈ, ਮੁਰੱਬੇ ਨੂੰ ਮੈਨੂੰ ਮਰਦਾ ਨਹੀਂ, ਮੈਂ ਐਵੇਂ ਲਿਆ ਕੇ 4x4 ਠੱਲ ਲਾ ਇੱਥੇ, ਕੀ ਤੁੱਕ ਕਿਸੇ ਗੱਲ ਦਾ। ਬਿਲਕੁਲ, ਰਾਜਸਥਾਨ ਦੇ ਵਿੱਚ ਖੜੇ ਆ ਤੇ ਰਾਜਸਥਾਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਜ਼ਿਆਦਾਤਰ ਫਾਰਮ ਟਰੈਕ ਟਰੈਕਟਰ ਜਿਹੜੇ ਜ਼ਿਆਦਾ ਚੱਲਦੇ ਆ ਜਾਂ ਮੈਸੀ ਚੱਲਦੇ ਆ, ਕੀ ਕਾਰਨ ਰਹਿੰਦਾ? ਕਿਉਂ ਜਿਹੜੇ ਆਪਣੇ ਰਾਜਸਥਾਨ ਵਾਲੇ ਭਰਾਵਾਂ ਦੀ ਪਹਿਲੀ ਪਸੰਦ ਆ ਉਹ ਫਾਰਮ ਟਰੈਕ ਤੇ ਮੈਸੀ ਟਰੈਕਟਰ ਆ? ਆ ਜਾਓ ਆਪਾਂ ਦੀਪ ਨਾਲ ਕਰਦੇ ਹਾਂ ਗੱਲਬਾਤ ਬਾਈ। ਸਤਿ ਸ਼੍ਰੀ ਅਕਾਲ, ਹੋਰ ਕਹਿਵਾਂ ਸਿੱਧਾ? ਹਾਂ, ਵਧੀਆ ਬਾਈ ਜਮਾ। ਸਭ ਤੋਂ ਪਹਿਲਾਂ ਤਾਂ ਬਾਈ ਜੇ ਗੱਲ ਕਰੀਏ ਕਾਰਨ ਕੀ ਰਹਿੰਦਾ ਬਾਈ ਆਪਣੇ ਜਿਹੜਾ ਰਾਜਸਥਾਨ ਦੇ ਵਿੱਚ ਫਾਰਮ ਟਰੈਕ ਤੇ ਮੈਸੀ ਟਰੈਕਟਰ ਜ਼ਿਆਦਾ ਚੱਲਦਾ ਬਾਈ? ਬਾਈ ਯਾਰ ਫਾਰਮ ਟਰੈਕ ਤੇ ਮੈਸੀ ਤਾਂ ਰਾਜਸਥਾਨ ਦਾ ਰਾਜਾ ਹੀ ਹੈ ਜੀ। ਇਹਨੂੰ ਟਰੈਕਟਰ ਨੂੰ ਫੜਨਾ ਕੋਈ ਟਰੈਕਟਰ ਬਣਿਆ ਨਹੀਂ ਅੱਜ ਤੱਕ। ਠੀਕ, ਕੁਆਲਿਟੀ ਵੱਲੋਂ, ਕੰਮ ਕੰਨੀਓ, ਡੀਐਲ ਪੱਖੋਂ ਹਰੇਕ ਪਾਸੋਂ ਬੈਸਟ ਹੈ। ਲਿਫਟ ਕੰਨੀਓ ਸਭ ਤੋਂ ਜ਼ਿਆਦਾ ਬੈਸਟ ਹੈ ਜੀ। ਖੂਬੀਆਂ ਹੀ ਹੈ ਬਾਈ, ਕਮੀ ਨਹੀਂ ਕੋਈ। ਜੇ ਸਟਾਰਟਿੰਗ ਤੋਂ ਦੇਖੀਏ ਫਿਰ ਫਾਰਮ ਟਰੈਕ? ਹਾਂਜੀ ਹਾਂਜੀ ਬਾਈ, ਹਾਂਜੀ ਹਾਂਜੀ। ਮੈਂ ਤਾਂ ਬਾਈ ਡੈਡੀ ਮੇਰੇ ਨੇ ਵੀ 2004 ਤੋਂ ਲੈ ਕੇ ਆ 20 ਚੜ੍ਹ ਗਿਆ ਆਪਾਂ ਫਾਰਮ ਟਰੈਕ ਹੀ ਰੱਖਿਆ। 3 ਬਦਲ ਤਾਂ ਡੈਡ, 3 ਆਪਣੇ ਕੋਲ। ਠੀਕ ਆ। ਹਾਂ, ਤੇ ਇਹ ਜੇ ਆਪਾਂ ਦੇਖੀਏ ਬਾਈ ਕਿਹੜਾ ਮਾਡਲ ਹੈ? ਇਹ 2020 ਮਾਡਲ ਹੈ ਬਾਈ, 2020 ਮਾਡਲ ਤੇ 3 ਸਪੀਡ ਆ। 3 ਸਪੀਡ ਆ। ਹਾਂ, ਤੇ 4 ਦੇ ਦੇਖੀਏ ਬਾਈ ਆਪਾਂ 4 ਸਾਲਾਂ ਦੇ ਵਿੱਚ ਕਿੰਨੇ ਘੰਟੇ ਚਲਾਤਾ ਫਿਰ ਇਹ? ਹੋ ਗਿਆ 13-14 ਘੰਟੇ ਲਮਸਮ। ਹਾਂ, ਮੇਰੇ ਕੋਲ ਬਾਈ ਘੱਟ ਆ ਬਾਈ ਐਤ ਕੀ, ਤਾਂ ਕਰਕੇ ਘੱਟ ਚੱਲਦਾ। ਬਾਕੀ ਇੱਕ ਦੂਜਾ ਟਰੈਕਟਰ ਨਾਲ, ਇੱਕ ਆਸ਼ਾ ਆਪਣੇ ਕੋਲ ਜਿਹੜਾ ਰਾਜਾ ਹੀ ਹੈ, ਰਾਜੇ ਸਿੱਧੂ ਨੇ ਵੀ ਆਖਿਆ ਉਹ ਸਾਹਿਬ ਤੇ। ਇਹਦਾ ਤਾਂ ਜ਼ਿਆਦਾਤਰ ਜਿਹੜਾ ਆਪਾਂ ਮੰਨ ਲਓ ਵੀ ਭਾਰੇ ਕੰਮ ਵਾਸਤੇ, ਬੀਜਣ ਵੇਲੇ ਤੇ ਵੱਢਣ ਵੇਲੇ ਜ਼ਿਆਦਾ ਕੰਮ ਲੈਂਦੇ ਆ ਭਾਰੇ ਕੰਮ ਵਾਸਤੇ। ਠੀਕ ਹੈ, ਠੀਕ ਹੈ। ਇਹ ਹੈਗਾ ਬਾਈ 3 ਸਪੀਡ ਹੈ ਨਾ? ਹਾਂ, 3 ਸਪੀਡ। ਠੀਕ ਆ, ਤੇ ਜੇ ਆਪਾਂ ਡੀਜ਼ਲ ਖਰਚਾ ਦੇਖੀਏ ਬਾਈ ਇੱਥੇ ਵਾਹਣਾਂ ਦੇ ਵਿੱਚ ਜੇ ਪੂਰਾ ਕਰੜਾ, ਆਪਣੇ ਫੁੱਲ ਕਰੜਾ ਵਾਹਣਾ ਜਮਾਂ, ਮਤਲਬ ਪੂਰੀ ਪੱਕੀ ਧਰਤੀ ਹੈ। ਠੀਕ ਹੈ, ਘੰਟੇ ਤਾਂ 6 ਲੀਟਰ ਹੀ ਖਾਂਦਾ, 6 ਤੋਂ 6.5 ਹੋ ਜੂਗਾ, 6.5 ਨਹੀਂ ਹੁੰਦਾ। ਕਾਸੇ ਤੇ ਮਰਜ਼ੀ, ਜਿੰਨਾ ਮਰਜ਼ੀ ਲੋਡ ਤੇ ਲੈ ਰੱਖੀ, 1700-1800 ਚੱਕਰਾਂ ਚੱਲਦਾ ਵਧੀਆ। ਸਹੀ ਵਾਹੀ ਕਰਨੀ ਹੈ, ਪੂਰੇ ਹੱਲ ਲਾਉਣੇ ਆ ਤਾਂ। ਤੇ ਜੇ ਹੁੱਲੜਬਾਜੀ ਕਰਨੀ ਹੈ ਤਾਂ ਭਜਾਈ ਫਿਰ ਜੇ ਮਰਜ਼ੀ ਪਹਿਲੇ ਗੇਅਰ 'ਚ ਐਕਸਰਸਾਈਜ਼ ਕਰਦਾ ਸਹੀ ਜਮਾ। ਤੋਤੇ ਕਿੰਨੇ ਪਾਉਣੇ ਬਾਈ ਇਹਦੇ ਮਗਰ? ਤੋਤੇ ਬਾਈ 7 ਹੈ ਮਗਰ। ਹਾਂ, ਤੋਤੇ ਆਪਣੇ ਫੋਨ ਮੈਂ ਵਿਖਾ ਦਿੰਦਾ, ਦੂਜੇ ਤੋਤੇ ਵੇਖ ਲਿਓ ਤੇ ਆਪਣੇ ਤੋਤੇ ਲੋਕਾਂ ਨੇ 4 ਇੰਚ ਉੱਚੇ ਬਣਾਏ ਹੋਏ ਮੈਂ ਸਪੈਸ਼ਲ ਵੀ ਡਲੇ ਰਹਿਣ। ਹਾਂ, ਫਰੇਮ ਹੀ ਲਾਈ ਜਾਈਦਾ ਫਿਰ ਨਾਲ ਥੱਲੇ। ਉਹਦੇ ਤੇ ਵੀ 6 ਲੀਟਰ? ਹਾਂ, 6 ਲੀਟਰ ਕਿੰਨਾ? ਠੀਕ ਆ। ਤੇ ਅਲਟਾਵਿਆਂ ਤੇ ਬਾਈ? ਅਲਟਾਵਿਆਂ ਤੇ ਬਾਈ ਕਿੰਨਾ ਨੇ ਘੰਟੇ ਜੇ ਮਾਰਦਾ, ਕਿੰਨਾ 2.5 ਵਿਗੇ 6 ਲੀਟਰ ਦੇ ਤੇਲ? 6 ਲੀਟਰ। ਤੇ ਤੋਤਿਆਂ ਦੇ ਬਾਈ? ਤੋਤਾ 2.5 ਵਿਗੇ ਕੱਢ ਦਿੰਦਾ, 2.5 ਵਿਗੇ ਘੰਟੇ 'ਚ? ਹਾਂਜੀ, 6 ਲੀਟਰ 'ਚ। ਫਿਰ ਤਾਂ ਬਹੁਤ ਘੱਟ ਬਾਈ ਜੇ ਦੇਖੀਏ ਔਸਤ ਪੈਂਦੀ ਆ। ਹਾਂ ਬਾਈ, ਸਹੀ ਚਲਾਉਣਾ ਤਾਂ ਜੇ ਆਪਾਂ ਲਈ 2000 ਦੇ ਫਿਰ ਤਾਂ ਬਾਈ ਓਵਰੇਜ ਤਾਂ ਖਾਊ ਬਾਈ। 1700 ਚੱਕਰਾਂ ਤੇ ਸਹੀ ਕੰਮ ਕਰਦਾ, 1750 ਦੇ ਕਰ ਲਏ ਬਸ, ਸਹੀ ਕੰਮ ਕਰਦਾ ਜਮਾ। ਤੇ ਹਾਂ ਬਾਈ, ਫਿਰ 11 ਪਾਉਣੇ? 13 ਕਰੀ, ਕਬੂਲ ਸ਼ਾਹ ਦੇ ਬਣੇ ਵੇ। ਕਬੂਲ ਸ਼ਾਹ ਦੇ, ਕਬੂਲ ਸ਼ਾਹ ਦੇ ਤਾਂ ਵੈਸੇ ਹੀ ਹੋਇਆ। ਹਾਂਜੀ ਹਾਂਜੀ, ਕਬੂਲ ਸ਼ਾਹ ਵੀ ਬਹੁਤ ਆ ਤੇ ਮਜ਼ਬੂਤ ਵੀ ਬਹੁਤ ਆ ਨਾ ਬਾਈ। 13 ਤੇ 16 ਤਵੀਆਂ ਆਪਣੇ ਕੋਲੇ, ਸੰਦੇ ਸਾਰੇ ਆਪਣੇ ਕੋਲੇ ਆਪਦੇ ਬਾਈ, ਕਿਤੋਂ ਆਪਾਂ ਮੰਗ ਕੇ ਨਹੀਂ। ਸਾਡੇ ਪਿੰਡ ਦਾ ਰਿਵਾਜ਼ ਹੈ ਵੀ ਮਿਹਣਾ ਨਹੀਂ ਸਹਿੰਦੇ ਕਿਸੇ ਦਾ। ਅੱਛਾ,
ਮੁਰੱਬੇ ਵਾਲ ਰੱਖੇ ਆ, ਠੀਕ ਆ, ਕਹਿ ਦੇਣਾ ਵੀ ਆਹ ਮੇਰੇ ਕੋਲ ਮੁਰੱਬਾ ਆਹ ਮੁਰੱਬਾ ਸੰਦ ਹੈ ਨੀ, ਉਹ ਗੱਲ ਨੀ ਇੱਥੇ। ਜਿਵੇਂ ਬਾਈ ਅਸੀਂ ਰਾਸਤੇ 'ਚ ਵੀ ਲੰਘ ਰਹੇ ਸੀਗੇ, ਦੇਖਿਆ ਡੈੱਕ ਬਹੁਤ ਘੱਟ ਟਰੈਕਟਰਾਂ ਤੇ ਲੱਗੇ ਬਾਈ, ਇਹ ਬਾਈ ਕਾਰਨ ਆ ਵੀ ਸ਼ੌਂਕ ਘੱਟ ਆ ਜਾਂ ਵੀ ਖੇਤੀ ਦੇ ਵੱਲ ਹੀ ਜ਼ਿਆਦਾ ਧਿਆਨ ਬਾਈ ਸਾਡੇ ਏਰੀਏ ਦੇ ਮੁੰਡੇ ਪਹਿਲੀ ਗੱਲ ਤਾਂ ਹੁੱਲੜਬਾਜ਼ੀ ਨਹੀਂ ਕਰਦੇ, ਠੀਕ ਹੈ, ਸ਼ੌਂਕ ਵੀ ਹੈ। ਹੁਣ ਆਪਣੇ ਵੇਲਾ ਮੇਰੇ ਡੈੱਕਾਂ ਨੂੰ 8 ਸਾਲ ਹੋ ਗਏ ਲੱਗੇ ਨੂੰ, ਪਹਿਲਾਂ ਉਹੀ ਟਰੈਕਟਰ 'ਤੇ ਸੀ, ਉਹ ਲਾ ਕੇ ਬਹਿ 'ਤੇ ਲਾ ਲਿਆ, ਠੀਕ ਹੈ, ਐਵੇਂ 1,00,000 ਰੁਪਇਆ ਟਰੈਕਟਰ ਡੈੱਕ ਲਾ ਲਾ ਮੈਂ, ਠੀਕ ਹੈ, ਚਲਾਉਣਾ ਤਾਂ ਸਾਡੇ ਗਾਣਾ ਹੀ ਹੈ, ਪਿੰਡ 'ਚ ਥੋੜ੍ਹੀ ਲਾ ਕੇ ਲੰਘਣਾ, ਆਪਦਾ ਖੇਤ ਲਾਓ, ਆਪਦੀ ਮੱਠੀ ਬਾਜ 'ਤੇ ਸੁਣੋ, ਠੀਕ ਹੈ, ਕੋਈ ਦੂਮ ਦਾ 1,00,000 ਰੁਪਇਆ ਤੂੰ 1,00,000 ਤੇਲ ਲਿਆ ਕਰ, ਤੈਨੂੰ ਸਾਲ ਦੀ ਡੀਜ਼ਲ ਦੀ ਲੋੜ ਨਹੀਂ ਗੀ, 1,00,000 ਕੋਈ ਇੰਪਲੀਮੈਂਟ ਬਣਾ ਆਪਦਾ। ਆਹ ਵੀਡੀਓ ਵੀ ਵਾਇਰਲ ਕਰਨੀ ਆ ਵੀ ਡੈੱਕ ਲਵਾ ਰੱਖੇ ਆ, ਸੰਦ ਲੋਕਾਂ ਨੇ ਮੰਗਣ ਜਾਂਦੇ ਆ, ਉੱਥੇ ਫਿਰ ਇੱਜ਼ਤ, ਹਾਂ, ਸ਼ਰਮ ਆਉਂਦੀ ਆ ਵੀ ਇੰਪਲੀਮੈਂਟ ਆਪਦੇ ਹੋਣ ਵੀ ਲੋਕਾਂ ਸੋਹਣਾ ਲੱਗੇ ਵਾਕਈ ਮੁੰਡਾ ਕੰਮ ਕਰਦੇ ਆ ਸ਼ੌਂਕ ਨਾਲ। ਜੇ ਆਪਾਂ ਰਾਜਸਥਾਨ ਦੀ ਬਾਈ ਪੈਲੀ ਦੇਖੀਏ, ਪੋਲੇ ਵਾਹਣ ਆ ਜਾਂਦੇ ਇੱਧਰ ਤਾਂ, ਪੋਲੇ ਗਾਂਹ ਆਉਂਦੇ ਬਾਈ, ਪੋਲੇ ਆਪਣੇ ਤਾਂ ਹਨੂਮਾਨਗੜ੍ਹ ਜ਼ਿਲ੍ਹਾ ਅਤੇ ਗੰਗਾਨਗਰ ਜ਼ਿਲ੍ਹਾ ਪੰਜਾਬ ਵਰਗਾ ਪੋਲਾ ਫੁੱਲ ਕਰੜਾ ਵਾਹਣ ਆ ਇੱਥੇ ਤਾਂ। ਡੀਜ਼ਲ ਦਾ ਖਰਚਾ ਘੱਟ ਆ, ਉਸ ਬਬਰ ਘੱਟ ਆ, ਉਹ ਜਾਂ ਕੰਮ ਵੀ ਘੱਟ ਆ ਉਹਦਾ, ਸਹੀ ਠੋਕ ਕੇ ਹਲ ਹੁਲ ਲਾਏ ਹੋਣ ਤਾਂ 4.5 ਕਿੱਲਿਆਂ ਦਾ ਵਾਧਾ ਨੀ ਵੀਕਐਂਡ ਬਹੁਣਾ ਨੀ ਉੱਤੇ, ਸੰਭਾਈ ਬਹੁਤ ਜ਼ਿਆਦਾ ਬਾਈ। ਆਪਾਂ ਇਹ ਕਹਿ ਸਕਦੇ ਵੀ 4 ਸਾਲਾਂ ਦੇ ਵਿੱਚ ਜਮਾਂ ਕੁਛ ਨਹੀਂ ਹੋਣਾ, ਸ਼ੋਰੂਮ ਕੰਡੀਸ਼ਨ ਹੀ ਆ। ਹਾਂਜੀ, ਉਵੇਂ ਪਿਆ ਬਾਈ। ਕਿੰਨੇ ਦਾ ਲਿਆ ਸੀ ਬਾਈ ਦੀਪ ਉਹਦਾ? ਇਹ 7-60 ਦਾ ਨਿਕਲਿਆ ਸੀ ਬਾਈ, 7-60 ਦਾ ਬਿੱਲ ਸੀਗਾ, ਅਤੇ ਦੀਵਾਲੀ ਕਰਕੇ 40,000 ਮੈਨੂੰ ਸਬਸਿਡੀ ਆ ਗਈ। ਅੱਛਾ, ਦੀਵਾਲੀ ਬੰਪਰ ਕੱਢਿਆ ਸੀ ਇਹਨਾਂ ਨੇ ਫਾਰਮ ਟਰੈਕ ਵਾਲੇ ਨੇ, 7-20, ਹਾਂ 7-20 ਦਾ ਰਹਿ ਗਿਆ ਸੀ। ਠੀਕ ਹੈ, ਠੀਕ ਹੈ, ਅਤੇ ਇਦੋਂ ਬਾਅਦ ਵੀ ਚਲੋ ਹਾਲੇ ਤਾਂ ਬਾਈ ਇਹ ਆਪਾਂ ਕਹੀਏ ਵੀ ਬੁੜਾ ਹੀ ਨਹੀਂ ਹੁੰਦਾ 20 ਸਾਲ ਆਪਾਂ, ਅਤੇ ਇਦੋਂ ਬਾਅਦ ਫਿਰ ਜਿਹੜੇ ਜੇ ਕੋਈ ਨਵਾਂ ਲੈਣ ਦੀ ਸਕੀਮ ਆ ਤਾਂ ਫਾਰਮ ਟਰੈਕ ਹੀ ਲੈ, ਫਾਰਮ ਟਰੈਕ ਹੀ ਲਵਾਂਗੇ ਬਾਈ। ਮੁਰੱਬੇ ਕਰਾ ਦੂਗਾ। ਸੋ ਦੋਸਤੋ, ਇਹ ਸੀ ਬਾਈ ਹੋਰਾਂ ਦਾ ਜਿਹੜਾ ਜ਼ਿਆਦਾ ਮੋਹ ਆਪਾਂ ਦੇਖੀਏ ਵੀ ਫਾਰਮ ਟਰੈਕ ਦੇ ਨਾਲ ਅਤੇ ਮੈਸੀ ਟਰੈਕਟਰ ਦੇ ਨਾਲ, ਤਾਂ ਕਿਉਂਕਿ ਇੱਕ ਤਾਂ ਡੀਜ਼ਲ ਖਰਚਾ ਬਾਈ ਹੋਰੀ ਕਹਿੰਦੇ ਵੀ ਘੱਟ ਆ, ਅਤੇ ਦੂਜਾ ਜਿਹੜਾ ਬਾਈ ਕਹਿੰਦਾ ਵੀ ਆਪਾਂ ਜਿਹੜੇ ਤੋਤੇ ਵੀ ਕਬੂਲ ਸ਼ਾਹ ਦੇ ਵਰਤਦੇ ਹਾਂ ਅਤੇ ਜਿੰਨੇ ਵੀ ਐਪਲੀਮੈਂਟ ਆ ਜਾਂ ਸੰਘਰੀਏ ਦੇ ਜਾਂ ਕੋਈ ਜਿਹੜੇ ਮਸ਼ਹੂਰ ਆ, ਕਿਉਂਕਿ ਇੱਥੇ ਗੱਲ ਢੁਕਦੀ ਆ ਵੀ ਦੱਬ ਕੇ ਵਾਹ ਅਤੇ ਰੱਜ ਕੇ ਖਾਈ, ਹੈ ਨਾ, ਕੰਮ ਕਰਦੇ ਆ ਬਾਈ, ਕੋਈ ਆਏ ਨਹੀਂ ਵੀ ਹੁੱਲੜਬਾਜ਼ੀ ਆ, ਕੋਈ ਸੈਂਪਲ ਪਹਿਰਾਵਾ ਬਾਈ ਦੇ ਤੁਸੀਂ ਪਿੱਛੇ ਦੇਖ ਸਕਦੇ ਹੋ, ਮਸ਼ੀਨ ਖੜੀ ਆ, ਤਕਰੀਬਨ ਜਿੰਨੇ ਵੀ ਬਾਈ ਕਹਿੰਦਾ ਵੀ ਆਪਾਂ ਨੂੰ ਲੋੜੀ ਦੇ ਸੰਦ ਆ ਉਹ ਆਪਾਂ ਨੂੰ ਘਰੇ ਮਿਲਣਗੇ, ਇਹ ਨਹੀਂ ਵੀ ਆਪਾਂ ਨੂੰ ਕਿਤੇ ਮੰਗ ਕੇ ਲੈ ਕੇ ਆਉਣਾ ਪਊਗਾ, ਸਾਰੇ ਪਿੰਡ ਦੇ ਹੀ ਬਾਈ ਕਹਿੰਦਾ ਵੀ ਇਹ ਸਾਡੀ ਸਿਫਤ ਆ, ਅਤੇ ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ, ਅਤੇ ਬਾਈ ਧੰਨਵਾਦ ਬਹੁਤ ਬਹੁਤ।